ਬੀਤੇ 4 ਸਾਲਾਂ ਦੇ ਦੌਰਾਨ 5 ਲੱਖ ਦੇ ਕਰੀਬ ਪੰਜਾਬ ਦਾ ਨੌਜਵਾਨ ਵਿਦੇਸ਼ੀ ਧਰਤੀ ਤੋਂ ਰੁਜ਼ਗਾਰ ਦੇ ਲਈ ਪੰਜਾਬ ਨੂੰ ਅਲਵਿਦਾ ਕਰਕੇ ਆਏ। ਭਾਵੇਂ ਸਰਕਾਰ ਵੱਲੋਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਅੰਕੜੇ ਘਰ ਘਰ ਨੌਕਰੀ ਦੇਣ ਦੇ ਦਾਅਵਿਆਂ ਦੀ ਪੋਲ ਖੋਲ ਰਹੇ ਨੇ ਕਿ ਪੰਜਾਬ ਸਰਕਾਰ ਨੇ ਕਿੰਨੀਆਂ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਨੇ। ਇਸੇ ਤਰ੍ਹਾਂ ਹੀ ਨਾਭਾ ਬਲਾਕ ਦੇ ਪਿੰਡ ਰੋਟੀ ਮੋੜਾਂ ਦੇ ਵਿੱਚ ਵੀ ਕਿਸਾਨ ਦਾ ਇਕਲੌਤਾ ਲੜਕਾ ਬੇਅੰਤ ਸਿੰਘ ਜੋ ਰੋਜ਼ੀ ਰੋਟੀ ਲਈ UK ਗਿਆ ਸੀ, ਪਰ ਦੋ ਵਿਅਕਤੀਆਂ ਨੇ UK ਭੇਜਣ ਦੀ ਬਜਾਏ ਬੇਅੰਤ ਨੂੰ ਯੂਕਰੇਨ ਭੇਜ ਦਿੱਤਾ ਅਤੇ ਪੀੜਤ ਦੇ ਪਿਤਾ ਨਿਰਮਲ ਨੇ ਆਪਣੀ ਜ਼ਮੀਨ ਵੇਚ ਕੇ 12 ਲੱਖ ਰੁਪਏ ਦਿੱਤਾ ਸੀ, ਪਰ ਜ਼ਮੀਨ ਵੇਚੀ ਕਿਸਾਨ ਨੂੰ ਰਾਸ ਨਹੀਂ ਆਈ ਹੈ। ਤੁਸੀਂ ਵੀ ਸੁਣੋ ਇਸ ਪੀੜਤ ਕਿਸਾਨ ਦੇ ਲੜਕੇ ਦੀਆਂ ਗੱਲਾਂ। ਮੈਂ ਜੀ ਬਾਹਰੇ ਜਾਣਾ ਚਾਹੁੰਦਾ ਸੀ ਕਿਉਂਕਿ ਉਰੇ ਨੌਕਰੀ ਨੌਕਰੀ ਮਿਲਦੀ ਹੈ, ਕੰਮ ਕਾਰ ਨਹੀਂ ਸੀ। ਮੈਨੂੰ ਮੇਰੇ ਡੈਡੀ ਨੇ ਜੀ ਧੀਰ ਸਿੰਘ ਨੂੰ ਕਿਹਾ ਜੀ ਆ ਕੇ ਮੇਰੇ ਡੈਡੀ ਨੂੰ ਵੀ ਮੈਂ ਭੇਜਦਾ ਜੀ ਆ ਕੇ। ਮੇਰੇ ਡੈਡੀ ਤੋਂ ਪਾਸਪੋਰਟ ਦੇਖਿਆ ਜੀ ਮੇਰਾ, ਧੀਰ ਸਿੰਘ ਨੇ ਜੀ ਕਿਹਾ ਵੀ ਤੇਰੇ ਮੁੰਡੇ ਦਾ ਕੰਮ ਬਣ ਜੂ ਜੀ, ਮੈਂ ਬਣਾਊ ਜੀ। ਧੀਰ ਸਿੰਘ ਕਹਿੰਦਾ ਆ ਕੇ ਘਰੇ ਸਾਡੇ, ਚੱਲ ਮੇਰਾ ਡੈਡੀ ਕਹਿੰਦਾ ਜੀ ਬਣਾ ਦਿਉ ਜੀ ਕੰਮ, ਵੀ ਕੋਈ ਗੱਲ ਨਹੀਂ ਵੀ ਪੈਸੇ ਪੂਸੇ ਫਿਰ ਬਾਅਦ 'ਚੋਂ ਕਰ ਲੈਣ। ਧੀਰ ਸਿੰਘ ਕਹਿੰਦਾ ਆਪਾਂ ਵਿਜੇ ਤੋਂ ਬਾਅਦ ਉਹ ਜ਼ਿਆਦਾ ਆ ਗਿਆ ਜੀ। ਇਹਨਾਂ ਨੇ ਜੀ ਧੀਰ ਸਿੰਘ ਨੇ ਬਾਕੂ ਦਾ ਅਵਰਵਾਈ ਜਾਣ ਦਾ ਮੇਰਾ ਵੀਜ਼ਾ ਲਵਾ ਤਾ ਜੀ, 3 ਲੱਖ ਰੁਪਈਆ ਜਿਹਦੀ ਲਿੱਤਾ ਜੀ ਇੱਥੋਂ, 3 ਲੱਖ ਜੀ ਦਿੱਲੀ ਜਾ ਕੇ ਜੀ। ਫਿਰ ਉੱਥੇ ਜਾਂ ਮੈਨੂੰ ਲੈ ਗਏ ਅਵਰਵਾਈ ਜਾਣ ਜੀ, ਪਹੁੰਚ ਕੇ ਬਾਅਦ ਜੀ ਯੂਕਰੇਨ ਦਾ ਲਵਾਇਆ ਜੀ ਵੀਜ਼ਾ। ਯੂਕਰੇਨ ਦੇ ਬਾਅਦ ਜੀ ਮੈਨੂੰ ਕਹਿੰਦੇ ਜੀ ਘਰੇ ਫੋਨ ਕਰ ਵੀ 6 ਲੱਖ ਰੁਪਈਆ ਹੁਣ ਪਵਾਓ ਅਕਾਊਂਟ 'ਚ ਸਾਡੇ ਜੀ। 6 ਲੱਖ ਉੱਥੇ ਪਵਾਏ ਅਕਾਊਂਟ 'ਚ। ਫਿਰ ਮੈਨੂੰ ਕਹਿੰਦੇ ਜੀ ਲੰਡਨ ਦਾ ਵੀਜ਼ਾ ਆਉਣਾ ਤੇਰਾ 1-2 ਦਿਨ 'ਚ ਜੀ, ਅਸੀਂ ਤੈਨੂੰ ਪਾਸਪੋਰਟ ਦੇ ਦੇ ਸਾਨੂੰ ਵੀ ਅਸੀਂ ਤੈਨੂੰ ਪਾਸਪੋਰਟ ਅਤੇ ਵੀਜ਼ਾ ਦੇ ਦਾਂਗੇ ਲਵਾ ਕੇ। ਇਹਨਾਂ ਨੂੰ ਮੈਂ ਉੱਥੇ ਯੂਕਰੇਨ ਜੀ ਪਾਸਪੋਰਟ ਫੜਾਤਾ ਜੀ। ਇਹਨਾਂ ਨੇ ਜੀ ਪਾਸਪੋਰਟ 3 ਦਿਨ ਆਪਦੇ ਲਵੇ ਰੱਖਿਆ, 4 ਦਿਨ ਜੀ ਮਹੀਨਾ ਮੈਨੂੰ ਉੱਥੇ ਉਲਝਾ ਦਾਣੀ 'ਚ ਪਾ ਕੇ ਰੱਖਿਆ ਜੀ ਇਹਨਾਂ ਨੇ ਵੀ ਅੱਜ ਆਉਂਦਾ ਕੱਲ੍ਹ ਨੂੰ ਆਉਣਾ ਜੀ। ਮਹੀਨਾ ਮੈਨੂੰ 1 ਨਹੀਂ ਰੱਖਿਆ ਜੀ ਇਹਨਾਂ ਨੇ। ਮਹੀਨੇ ਬਾਅਦ ਉਹ ਮੈਨੂੰ ਕਹਿੰਦੇ ਨੇ ਜੀ ਵੀ ਤੇਰਾ ਵੀਜ਼ਾ ਆ ਗਿਆ ਜੀ, ਪੈਸੇ ਹੋਰ ਕਹਿ ਆਪਦੇ ਘਰਦਿਆਂ ਨੂੰ ਜੀ। ਚਲੋ ਜੀ ਮੈਂ ਕਹਿਤਾ ਜੀ ਆਪਦੇ ਘਰਦਿਆਂ ਨੂੰ ਵੀ 4 ਲੱਖ ਰੁਪਈਆ ਹੋਰ ਪਾ ਦਿਉ ਜੀ। ਇਹਨਾਂ ਨੇ 4 ਲੱਖ ਰੁਪਈਆ ਪਾਇਆ ਜੀ, ਤੀਰੇ ਨੂੰ ਕੈਸ਼ ਦਿੱਤਾ ਜੀ ਨਾਲ ਦੀ ਨਾਲ ਉਰੇ ਜੀ। ਫਿਰ ਜੀ ਇਹਨਾਂ ਨੇ ਅੱਧੀ ਰਾਤ ਜੀ 10 ਵਜੇ ਉੱਥੇ ਯੂਕਰੇਨ 'ਚ ਜੀ ਮੈਨੂੰ ਡੌਂਕਰਾਂ ਦੇ ਹੱਥ ਫੜਾਤਾ ਜੀ। ਮੈਨੂੰ ਨਹੀਂ ਇਹ ਪਤਾ ਜੀ ਗੱਲ ਜੀ, ਇਹਨਾਂ ਨੇ ਜਾ ਕੇ ਜੀ ਕਹਿੰਦੇ ਏਅਰਪੋਰਟ 'ਤੇ ਤੈਨੂੰ ਪਾਸਪੋਰਟ ਫੜਾਵਾਂ ਜੀ, ਵੀ ਉਰੇ ਪਾਸਪੋਰਟ ਨਹੀਂ ਫੜਾਉਣਾ। ਡੌਂਕਰਾਂ ਦੇ ਹੱਥ ਮੈਨੂੰ ਜੀ ਫੜਾਇਆ ਜੀ ਜਾ ਕੇ ਜੀ। ਡੌਂਕਰ ਮੈਨੂੰ 2 ਦਿਨ ਜੀ ਗੱਡੀ 'ਚ ਲੈ ਕੇ ਆਪਦੇ ਪਤਾ ਨਹੀਂ ਕਿੱਥੇ ਲੈ ਗਏ ਜੀ, ਉਹ ਮੈਨੂੰ ਨਹੀਂ ਪਤਾ। ਬਰਫ਼ ਜੀ ਮੈਨੂੰ ਖੜਾ ਕੇ ਡੌਂਕਰਾਂ ਨੇ ਬੁਰੀ ਹਾਲਤ ਨਾਲ ਜੀ ਮੈਨੂੰ ਬਹੁਤ ਕੁੱਟਿਆ ਜੀ। ਮੈਨੂੰ ਕਹਿੰਦੇ ਜੀ ਪੈਸੇ ਆਪਦੇ ਫੈਮਿਲੀ ਨੂੰ ਕਹਿ ਪੈਸੇ ਲਿਆਉਣ, ਪਾਉਣ ਸਾਡੇ ਅਕਾਊਂਟ 'ਚ ਤਾਂ ਸਾਡਾ, ਨਹੀਂ ਸਾਨੂੰ ਮਾਰਦਾ ਨੇ ਜੀ। ਬੰਦੇ ਜੀ 4 ਬੰਦੇ ਦੇ ਜੀ ਮੇਰੇ ਨਾਲ ਮੁੰਡੇ, ਉਹਨਾਂ ਨੂੰ ਵੀ ਬਹੁਤ ਕੁੱਟਦੇ ਮਾਰਦੇ ਰਹੇ ਜੀ, ਸਾਨੂੰ ਵੀ ਬਰਫ਼ 'ਚ ਖੜਾ ਕੇ ਕੁੱਟਦੇ ਤੇ ਜੀ। ਖਾਣ ਨੂੰ ਵੀ ਚੌਲ ਥੋੜ੍ਹੇ ਦਿੰਦੇ ਜੀ, ਮੀਟ ਪਤਾ ਨਹੀਂ ਕਾਹਦਾ ਦਿੰਦੇ ਤੇ ਜੀ, ਸਾਨੂੰ ਮਾਰ ਮੁਰ ਕੇ ਜੰਗਲਾਂ 'ਚ ਵੀ, ਸਾਨੂੰ ਨਹੀਂ ਪਤਾ ਜੀ ਇਹ ਗੱਲ ਦਾ ਜੀ, ਇੰਨਾ ਕੁ ਪਤਾ। ਤੁਸੀਂ ਉੱਥੋਂ ਕਿਵੇਂ ਯਾਨੀ ਕਿ ਕੀਤਾ ਆਪਣਾ ਅਰੇਂਜਮੈਂਟ ਪਰਿਵਾਰ ਨਾਲ ਕਿਵੇਂ ਗੱਲ? ਫਿਰ ਜੀ ਉੱਥੇ ਇੱਕ ਮੁੰਡਾ ਤੇ ਜੀ, ਉਹਨੇ ਮੁੰਡੇ ਨਾਲ ਗੱਲ ਕਰੀ ਉੱਧਰੋਂ ਬਾਹਰ ਦੀ ਬਾਹਰ ਜੀ, ਉਹਨੇ ਜੀ ਆਪਦੇ ਅਕਾਊਂਟ 'ਚੋਂ ਪੈਸੇ ਸੈਂਡ ਕਰੇ ਜੀ। ਫਿਰ ਉਹਨਾਂ ਨੇ ਸਾਨੂੰ ਬੱਸ ਬਿਠਾ ਕੇ ਜੀ ਫਿਰ ਛੱਡਿਆ ਜੀ ਸਾਨੂੰ। ਉਹ ਤੋਂ ਬਾਅਦ ਜੀ ਜੇ ਨਾ ਛੱਡਦੇ ਤਾਂ ਫਿਰ ਮਾਰ ਵੀ ਸਕਦੇ ਸੀ ਸਾਨੂੰ ਜੀ? 2 ਦਿਨ ਕਹਿਤਾ ਤੀ ਉਹਨਾਂ ਨੇ, 2 ਦਿਨ ਨੇ ਜੀ ਸੁੱਟ ਲਵੇ, ਉਹ ਤੋਂ ਬਾਅਦ ਤੁਹਾਨੂੰ ਖਤਮ ਕਰ ਦੇਣੇ, ਐਂ ਕਹਿਤਾ ਤੀ ਜੀ। ਕੁੱਟ ਮਾਰ ਕਰਾਈ 2 ਮਹੀਨੇ ਸਾਡੇ ਨਾਲ ਗੱਲ ਨਹੀਂ ਕਰਾਈ ਇਹਨੇ, ਸਾਡੀ ਬੁਰੀ ਹਾਲਤ ਹੋ ਗਈ ਹੈ ਇੱਥੇ, ਅਸੀਂ ਬਸ ਰੋਂਦੇ ਘਲਾਉਂਦੇ ਰਹੇ। ਫਿਰ ਸਾਨੂੰ ਪਤਾ ਲੱਗਿਆ ਵੀ ਸਾਡਾ ਬੇਟਾ ਜਿਉਂਦਾ ਹੈਗਾ,
ਫਿਰ ਅਸੀਂ ਨੇ ਟਿਕਟ ਕਰਵਾਈ, ਫਿਰ 3 ਲੱਖ ਰੁਪਈਆ ਨੇ ਬਾਅਦ 'ਚ ਮੰਗਿਆ ਜੀ, ਫਿਰ 3 ਲੱਖ ਵੀ ਅਸੀਂ ਨੇ ਦਿੱਤਾ ਜੀ। ਫਿਰ ਅਸੀਂ ਨੇ ਟਿਕਟ ਕਰਵਾਈ, ਸਾਡੇ ਬੇਟੇ ਦੀ ਬੁਰੀ ਹਾਲਤ ਤੀ, ਅਸੀਂ ਨੇ ਦਾਖਲ ਕਰਿਆ ਜੀ ਪਟਿਆਲੇ, ਇਹਦੇ ਐਡੇ ਨਿਸ਼ਾਨ 'ਤੇ ਜੀ, ਇਹ ਤੁਰਨੋਂ ਵੀ ਰਹਿ ਗਿਆ ਤੀ। ਹੁਣ ਧੀਰ ਸਿੰਘ ਨੇ ਸਾਡੇ ਨਾਲ ਐਡਾ ਧੋਖਾ ਕਰਿਆ, ਸਾਨੂੰ ਸਾਡੇ ਪੈਸੇ ਮਿਲਣੇ ਚਾਹੀਦੇ ਨੇ, ਸਾਡੀ ਜਾਇਦਾਦ ਵਿਕ ਗਈ ਜੀ, ਅਸੀਂ ਗਰੀਬੀ ਦੇ ਮਾਰੇ ਪਏ ਹਾਂ ਜੀ, ਝਾਰ 'ਚ ਪੈ ਰਹੇ ਹਾਂ। ਸਾਨੂੰ ਦਿੱਤੀ ਗਈ ਸੀਗੀ 2 ਵਿਅਕਤੀਆਂ ਦੇ ਖਿਲਾਫ, ਇੱਕ ਤਰਨਧੀਰ ਸਿੰਘ ਹੈ ਉਸੇ ਪਿੰਡ ਦੇ, ਅਤੇ ਇੱਕ ਹੈਗੇ ਆ ਪ੍ਰਦੀਪ ਸਿੰਘ ਰਾਜਪੁਰੇ ਦੇ। ਅਤੇ ਨਿਰਮਲ ਸਿੰਘ ਨੇ ਆਪਣੀ ਦਰਖਾਸਤ ਦੇ ਵਿੱਚ ਜੋ ਕਿ SSP ਸਾਹਿਬ ਪਟਿਆਲਾ ਨੂੰ ਦਿੱਤੀ ਗਈ ਸੀਗੀ, ਉਹਦੇ ਵਿੱਚ ਇਲਜ਼ਾਮ ਲਗਾਏ ਸੀ ਕਿ ਇਹਨਾਂ 2 ਵਿਅਕਤੀਆਂ ਨੇ ਮਿਲੀ ਭੁਗਤ ਕਰਕੇ ਉਹਨਾਂ ਨਾਲ ਕੋਈ 12 ਲੱਖ ਰੁਪਏ ਦੀ ਠੱਗੀ ਮਾਰੀ ਹੈ। ਠੱਗੀ ਇਹਨਾਂ ਨੇ ਇਸੇ ਵਿੱਚ ਮਾਰੀ ਹੈ ਕਿ ਇਹਨਾਂ 2 ਵਿਅਕਤੀਆਂ ਨੇ ਪ੍ਰੋਮਿਸ ਕੀਤਾ ਸੀਗਾ ਨਿਰਮਲ ਸਿੰਘ ਨੂੰ ਕਿ ਅਸੀਂ ਤੇਰੇ ਬੇਟੇ ਜਿਹੜਾ ਬੇਅੰਤ ਸਿੰਘ ਹੈ ਉਹਨੂੰ ਅਸੀਂ UK ਦਾ ਵੀਜ਼ਾ ਲਗਵਾ ਕੇ ਦੇਵਾਂਗੇ। ਪਰ ਹੁਣ ਵੇਖਣਾ ਹੋਵੇਗਾ ਕਿ ਕਦੋਂ ਤੱਕ ਬੇਅੰਤ ਨੂੰ ਪੁਲਿਸ ਇਨਸਾਫ਼ ਦਵਾ ਸਕੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਦਿਨੋਂ ਦਿਨ ਬੇਰੁਜ਼ਗਾਰ ਨੌਜਵਾਨ ਵਿਦੇਸ਼ੀ ਧਰਤੀ 'ਤੇ ਰੁਜ਼ਗਾਰ ਲੱਭਣ 'ਤੇ ਲੱਖਾਂ ਰੁਪਏ ਖਰਚ ਕਰ ਰਹੇ ਨੇ, ਉਹ ਖਰਚ ਕੀਤਾ ਰਾਸ ਵੀ ਨਹੀਂ ਆ ਰਿਹਾ। ਜੇਕਰ ਸਰਕਾਰ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਮੁਹੱਈਆ ਕਰਵਾਵੇ ਤਾਂ ਨੌਜਵਾਨ ਵਿਦੇਸ਼ਾਂ ਦੇ ਵਿੱਚ ਨਹੀਂ ਜਾਣਗੇ। ਦ ਸਟੇਟ ਨਿਊਜ਼ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।